तेरे दादा कुड़ी इदा चुक के छोड़ दिए टोए च। हां कुड़ी दा जे रंग पक्का, जे इथों जवाब हो गया ना ते गां रिश्ता नहीं जे होना ते लोका पता की कहना पी माम तई भांडे मांजन वास्ते रख चली है। मेरी गल सुन, जे तू माम तई तो डरन रही है ना ते फिर मेरे नाल चल ते जाग दे उथे वेख जाज के ते फेर रिश्ता करके आउणा। इदा मैं नहीं करना थोड़ा पुत्ता, नवे सजड़े रिश्तेदारां ते यकीन करो, इदा भी नहीं करीदा हुंदा। मेरी वादू नहीं की हैगी। तेरी नहीं वादू ते दूजी वादू है। जायो मामा नूं कुछ समझा कर। जायो जायो भैन जी, आउणा ते हैगा सी उन्होंने भी, फिर तुहानूं पता घर भी काम कार हुंदा वा ते ओह फिर कहण लगे वी चल तुसीं कल्ले हो आओ। कहिंदा मेरी सुण गल, मैं कदों पिंदर नूं मारा रहा गया, पर जदों इत्थे रिश्ता बण जाए ना ते बड़ियां गल्लां वेखणियां पैंदियां यार। गल्लां कादियां होणियां ने, उहने अपने घर रहिणा आपां अपने घर रहिणा। ਚੱਲ ਜੋ ਵੀ ਮੰਮੀ ਡੈਡੀ ਗਏ ਨਾਲ ਕੁਛ ਸੋਚ ਕੇ ਡੇ ਹੁਣੇ ਨੇ ਕਰਨਾ। ਵਧੀਆ ਹੀ ਹੋਣ ਦਿਆ ਠੀਕ ਹੈ ਨਾ, ਤੁਸੀਂ ਹੁਣ ਵਿੱਚ ਆਣ ਕੇ ਪਾਣੀ ਨਾ ਮਾਰ ਦਿਓ। ਭਾਜੀ ਫਿਰ ਮੁੰਡਾ ਥੋੜ੍ਹਾ ਬਹੁਤਾ ਪੜਿਆ ਵੀ ਆ ਕਿ ਨਹੀਂ? ਪੜਿਆ 10 ਜਮਾਤਾਂ ਹੀ ਆ। ਅੱਛਾ ਅਲਮਾਰੀਆਂ ਫੋਲੀ ਜਾਏਗੀ, ਤਿਆਰ ਨਹੀਂ ਹੋਈ। ਬੜਾ ਹੀ ਖਲਾਰਾ ਪਿਆ ਸੀ ਤੇ ਮੈਂ ਹੱਥ ਮਾਰ ਲੈਣੀ ਆ। ਉਹ ਤੇਰੇ ਤੇ ਖਲਾਰੇ ਇਦਾਂ ਹੀ ਰਹਿਣੇ ਆ, ਮੈਂ ਕਹਿਣਿਆ ਤੂੰ ਤਿਆਰ ਹੋ, ਤੂੰ ਤਾਂ ਜੀ ਉਦਾਂ ਹੀ ਤੁਰੀ ਫਿਰਨ ਡਈ ਆ। ਮੇਰੀ ਸੁਣੋ ਗੱਲ, ਚੰਗਾ ਭਲਾ ਅਗਲਿਆਂ ਨੇ ਦੱਸ ਪਾਈ ਤੇ ਹਜੇ ਵੀ ਤੁਸੀਂ ਯਕੀਨ ਕਿਉਂ ਨਹੀਂ ਕਰਦੇ ਮੈਂ ਨਹੀਂ ਗਾ ਜਾਣਾ ਹੈਗਾ ਨਾਲੇ। ਮੇਰੀ ਗੱਲ ਸੁਣ, ਤੂੰ ਕਮਲੀ ਹੋ ਗਈ ਆ, ਉਹ ਲੋਕੀ ਦੱਸ ਪਾਉਂਦੇ ਹੁੰਦੇ ਆ ਜਾ ਕੇ ਧੀ ਪੁੱਤ ਵੇਖਣਾ ਕਿਸੇ ਦਾ ਘਰ ਬਾਰ 100 ਗੱਲਾਂ ਹੁੰਦੀਆਂ, ਇਹ ਥੋੜਾ ਜਿਹਾ ਦੱਸ ਪਈ ਤੇ ਰਿਸ਼ਤਾ ਪੱਕਾ ਕਰ ਦਈਏ। ਅਗਲਿਆਂ ਨੇ ਮੂੰਹੋਂ ਮੰਗਿਆ ਰਿਸ਼ਤਾ, 20 ਰਿਸ਼ਤੇ ਆਏ ਤੇ ਜਵਾਬ ਹੋ ਜਾਂਦਾ ਸੀ ਤੇ ਜੇ ਹੁਣ ਮੰਗਿਆ ਵਾ ਤਾਂ ਹੁਣ ਤੁਸੀਂ ਉਦਾਂ ਡੇ ਜੇ ਬਹਾਨੇ ਬਣਾਓ। ਤੇਰੇ ਦਾਦਾ ਕੁੜੀ ਇਦਾਂ ਚੁੱਕ ਕੇ ਸੁੱਟ ਦਈਏ ਟੋਏ 'ਚ। ਹਾਂ ਕੁੜੀ ਦਾ ਜੇ ਰੰਗ ਪੱਕਾ, ਜੇ ਇੱਥੋਂ ਜਵਾਬ ਹੋ ਗਿਆ ਨਾ ਤੇ ਗਾਂ ਰਿਸ਼ਤਾ ਨਹੀਂ ਜੇ ਹੋਣਾ ਤੇ ਲੋਕਾਂ ਪਤਾ ਕੀ ਕਹਿਣਾ ਵੀ ਮਾਮ ਤਈ ਭਾਂਡੇ ਮਾਂਜਣ ਵਾਸਤੇ ਰੱਖ ਚੜੀ ਹੈ। ਮੇਰੀ ਗੱਲ ਸੁਣ, ਜੇ ਤੂੰ ਮਾਮ ਤਈ ਤੋਂ ਡਰਨ ਡਈ ਹੈ ਨਾ ਤੇ ਫਿਰ ਮੇਰੇ ਨਾਲ ਚੱਲ ਤੇ ਜਾਗ ਦੇ ਉੱਥੇ ਵੇਖ ਜਾਜ ਕੇ ਤੇ ਫੇਰ ਰਿਸ਼ਤਾ ਕਰਕੇ ਆਉਣਾ। ਇਦਾਂ ਮੈਂ ਨਹੀਂ ਕਰਨਾ ਥੋੜਾ ਪੁੱਤਾ, ਨਵੇਂ ਸੱਜਦੇ ਰਿਸ਼ਤੇਦਾਰਾਂ ਤੇ ਯਕੀਨ ਕਰੋ, ਇਦਾਂ ਵੀ ਨਹੀਂ ਕਰੀਦਾ ਹੁੰਦਾ। ਜਦੋਂ ਅਗਲੇ ਕਹਿੰਦੇ ਵਧੀਆ ਜੀ ਆ ਫੇਰ ਵੀ ਤੁਸੀਂ ਜਾ ਕੇ ਚੁੱਪ ਕਰਕੇ ਇਕੱਲੇ ਹੋਵੋ। ਤੂੰ ਨਹੀਂ ਜਾਣਾ, ਨਾ ਜਾ, ਮੈਂ ਚੱਲੇ ਫਿਰ। ਤੁਸੀਂ ਉਦਾਂ ਜਾਪਦਾ ਰਿਸ਼ਤਾ ਨਹੀਂ ਹੋਣ ਦੇਣਾ ਹੈਗਾ। ਆਹੋ ਮੈਂ ਨਹੀਂ ਹੋਣ ਦੇਣਾ, ਤੇਰੀਆਂ ਨੀਤਾਂ ਮਾੜੀਆਂ ਵਾ, ਇਦਾਂ ਵੀ ਕਿਤੇ ਨੀਤੇ ਹੁੰਦੇ ਵੇਖੇ ਤੂੰ। ਅਗਲਿਆਂ ਨੇ ਕਹਿਣਾ ਸਾਡੇ ਤੇ ਕਿਤੇ ਯਕੀਨ ਵੀ ਨਹੀਂ ਕਰਨ ਦੇ ਹੈਗੇ। ਯਕੀਨ ਤੇ ਰਿਸ਼ਤੇ ਕਰਦੀ ਗਈ ਇਦਾਂ ਹੀ, ਜਾ ਮੈਂ ਚੱਲੇ ਗਈ। ਨਹੀਂ ਜਾਣਾ, ਨਾ ਜਾ, ਉਹ ਕਰਦੀ ਨਾ ਮਤਈਆਂ ਵਾਲੀ ਗੱਲ। ਵੇਖ ਲਾ ਇਹ ਬੰਦੇ ਦੇ ਕੰਮ, ਇੰਨੀਆਂ ਕਾਨੂੰਆਂ ਕੱਢਦੇ ਆ। ਮੈਂ ਕਹਿੰਦੀ ਕਿ ਮਾੜਾ ਚੰਗਾ ਰਿਸ਼ਤਾ ਹੋ ਜੇ ਮੇਰੇ ਗਲੋਂ ਲੈ ਜਾਏਗੀ, ਪਰ ਇਸ ਬੰਦੇ ਨੇ ਨਹੀਂ ਜਾਪਦਾ ਹੋਣ ਦੇਣਾ। ਇੱਦਾਂ ਕਰਨੀ ਹੈ, ਇਹ ਜਾਂਦੇ ਆ ਨਾ ਤੇ ਸ਼ਰਨ ਨੂੰ ਫੋਨ ਲਾਉਂਦੀ ਹੈ ਵੀ ਪੁੱਤ ਹੁਣ ਆਪਣੀ ਸੱਸ ਨੂੰ ਆਖੀ ਵੀ ਮੌਕਾ ਸਾਂਭਲੇ ਕਿਸੇ ਤਰ੍ਹਾਂ ਰਿਸ਼ਤਾ ਕਰਵਾ ਦਿਓ, ਕਿਤੇ ਜਵਾਬ ਨਾ ਮੈਨੂੰ ਮਿਲ ਜੇ। ਮੇਰੀ ਸੁਣੋ ਗੱਲ, ਜੀਆਂ ਵਰਗੇ ਜੀ ਆ ਉੱਥੇ ਨਿੰਦ ਕੇ ਨਾ ਆ ਜਿਓ ਤੇ ਆਪਣੀ ਕੁੜੀ ਦਾ ਵੀ ਰੰਗ ਵੇਖੀਦਾ ਹੁੰਦਾ ਵਾ। ਮੇਰੀ ਗੱਲ ਸੁਣ, ਰੰਗ ਦੀ ਗੱਲ ਨਾ ਕਰ, ਅਗਲੀ 20 ਕੰਮ ਸਵਾਰ ਕੇ ਪੈਂਦੀ ਆ, ਅਕਲ ਦੀ ਗੱਲ ਹੁੰਦੀ ਆ, ਰੰਗ ਦੀ ਗੱਲ ਨਹੀਂ ਹੁੰਦੀ। ਕਲਾਉਂਦੀ ਆ ਕੰਮ ਨੂੰ ਤਾਂ ਕਦੀ ਉਹਨੇ ਹੱਥ ਨਹੀਂ ਲਾਇਆ, ਤੁਸੀਂ ਕਹਿੰਦੇ ਜੇ ਬਹੁਤ ਕੰਮ ਸਵਾਰ ਕੇ ਤਾਂ ਪੈਂਦੀ ਆ। ਨਹੀਂ ਤੇ ਤੂੰ ਕਿਹੜੀਆਂ ਪਰੀਆਂ ਸਾਧਨੀ ਆ ਘਰ ਕੰਮ ਕਰਾਉਣ ਨੂੰ? ਤਾਂ ਕੁੜੀ ਦੂਜੀ ਵਾਸਤੇ ਕੋਈ ਖਾਣ ਪੀਣ ਨੂੰ ਲੈ ਕੇ ਜਾਇਓ, ਇਹ ਨਾ ਬਾਹਾਂ ਨੂੰ ਕੰਮ ਦੇ ਚੱਲ ਜਾ। ਦਖਲ ਨਾ ਦੇ, ਜਦੋਂ ਤੂੰ ਮੇਰੀ ਮੰਨੀ ਨਹੀਂ ਮੇਰੇ ਨਾਲ ਨਹੀਂ ਜਾਣਾ, ਮੈਂ ਖੜਾ ਜਾਂ ਨਾ ਖੜਾ ਤੇਰਾ ਕੀ ਮਤਲਬ ਆ? ਕਹੀਏ ਤਾਂ ਗੋਖੇ ਓਖੇ ਬੋਲਦੇ ਨੇ। ਔਖੇ ਨਾ ਲੈ ਜਾਂਗੇ ਆਪਣੀ ਧੀ ਵਾਸਤੇ, ਮੇਰੀ ਵਾਧੂ ਨਹੀਂ ਗੀ ਹੈਗੀ। ਤੇਰੀ ਨਹੀਂ ਵਾਧੂ ਤੇ ਦੂਜੀ ਵਾਧੂ ਆ, ਜਾਇਓ ਬਾਹਾਂ ਨੂੰ ਕੰਮ ਦੇ ਸਮਝਿਆ ਕਰ। ਜਾਇਓ ਜਾਇਓ ਘਰ ਵੇਖ ਕੇ ਕੁੜੀ ਦਾ ਨਾ ਮਨ ਖੁਸ਼ ਹੋ ਜਾਂਦਾ ਵਾ। ਚੱਲ ਇਹ ਕੁੜੀ ਤਾਂ ਵਿਚਾਰੀ ਆ ਗਈ ਟਿਕਾਣੇ, ਬਹੁਤ ਵਧੀਆ ਘਰ ਮਿਲ ਗਿਆ ਹੈ, ਹੁਣ ਕਿਤੇ ਮਹਾਰਾਜ ਢੋ ਲਾ ਕੇ ਤਾਂ ਦੂਜੀ ਨੂੰ ਵੀ ਚੰਗਾ ਮਿਲ ਜੇ। ਚਲੋ ਮਾਲਕਾ ਤੂੰ ਹੀ ਆ ਸਾਰਿਆਂ ਦਾ, ਧੀਆਂ ਭੈਣਾਂ ਦਾ ਤੂੰ ਹੀ ਆ, ਚੰਗੀਆਂ ਕਰੀ। ਆਲੋ ਡੈਡੀ ਜੀ ਬਣੇ, ਉਹ ਤਾਂ ਘਰ ਦੇ ਗਏ ਆ ਕਿਤੇ, ਕਿ ਇੱਥੇ ਆ? ਨਹੀਂ ਆਉਣ ਲੱਗੇ ਨੇ, ਮੈਂ ਲਿਆਉਣੀ ਫਿਰ ਬੁਲਾ ਕੇ। ਅੱਛਾ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਵਧੀਆ ਵਧੀਆ ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਸਾਰੇ? ਤੁਸੀਂ ਸੁਣਾਓ ਪਰਿਵਾਰ ਦਾ? ਬਸ ਵਧੀਆ, ਆਪਣੇ ਵੀ। ਚਲੋ ਠੀਕ ਆ।
ਭਾਜੀ ਤੁਸੀਂ ਭੈਣ ਜੀ ਨਾਲ ਲੈ ਆਉਣਾ ਸੀ ਤੁਸੀਂ ਇਕੱਲੇ ਹੀ ਆ ਗਏ। ਭੈਣ ਜੀ ਆਉਣਾ ਤਾਂ ਹੈਗਾ ਸੀ ਉਹਨਾਂ ਨੇ ਵੀ, ਫਿਰ ਤੁਹਾਨੂੰ ਪਤਾ ਘਰ ਵੀ ਕੰਮ ਕਾਰ ਹੁੰਦਾ ਵਾ, ਅਤੇ ਉਹ ਫਿਰ ਕਹਿਣ ਲੱਗੇ ਵੀ ਚੱਲ ਤੁਸੀਂ ਇਕੱਲੇ ਹੋ ਆਓ। ਚਲੋ ਠੀਕ ਆ। ਭੈਣ ਜੀ ਨੇ ਕਿੱਥੋਂ ਆਉਣਾ ਸੀ? ਭੈਣ ਜੀ ਅੱਜ ਕੱਲ੍ਹ ਸਾਰਿਆਂ ਦੇ ਸਿੰਘ ਪੁੱਟਣ ਨੂੰ ਫਿਰਦੀ ਆ, ਭੈਣ ਜੀ ਡੇਈ ਇੱਥੇ ਆਉਣ। ਜੱਗੀ ਦੇ ਡੈਡੀ ਤੁਸੀਂ ਬੈਠੋ, ਗੱਪਾਂ ਛੱਪਾਂ ਮਾਰੋ, ਹੈ ਮੈਂ ਸ਼ਰਨ ਨਾਲ ਚਾਹ ਬਣਾਵਾਂ ਜਾ ਕੇ। ਠੀਕ ਹੈ। ਹੋਰ ਭਾਅ ਜੀ ਘਰ ਪਰਿਵਾਰ ਦਾ ਠੀਕ ਠਾਕ? ਸਭ ਭਾਅ ਜੀ ਕਿਰਪਾ ਇਸ ਵੇਲੇ ਬਾਬੇ ਨਾਨਕ ਦੀ। ਹੋਰ ਪੈਲੀ ਬੰਨੇ ਦਾ ਕਣਕਾਂ ਕੁਣਕਾਂ ਸਭ ਠੀਕ ਠਾਕ ਆ? ਹੁਣ ਤਾਂ ਪਾਣੀ ਲੱਗਣ ਵਾਲੀਆਂ ਹੋਈਆਂ। ਹਾਂ ਇਹ ਤਾਂ ਗੱਲ ਹੈ, ਸਾਰੇ ਲੱਗਣ ਡਿਆ ਪਾਣੀ ਹੁਣ। ਹਾਂਜੀ ਹਾਂਜੀ। ਹੋਰ ਭਾਅ ਜੀ ਨਵੀਂ ਤਾਜ਼ੀ ਕੋਈ? ਬਸ ਨਵੀਆਂ ਤਾਜ਼ੀਆਂ ਕਾਹਦੀਆਂ ਵਾ, ਪਹਿਲੀਆਂ ਹੀ ਆ। ਉਹ ਤਾਂ ਮੈਨੂੰ ਸੁਨੇਹਾ ਮਿਲਿਆ ਸੀ ਫਿਰ ਤੁਹਾਡਾ। ਅੱਛਾ ਅੱਛਾ ਅੱਛਾ। ਵੀ ਤੁਸੀਂ ਉਹ ਕੁੜੀ ਦੇ ਰਿਸ਼ਤੇ ਵੱਲੋਂ ਦੱਸ ਰਹੇ ਹੋ ਪਾਉਣ। ਹਾਂਜੀ ਹਾਂਜੀ ਹਾਂਜੀ। ਅਤੇ ਮੈਂ ਕਿਹਾ ਚਲੋ ਮੈਂ ਜਾਵਾਂ ਅਤੇ ਭਾਅ ਜੀ ਹੋਣਾ ਨਾਲ ਕਰਾਂ ਗੱਲ। ਹਾਂਜੀ। ਜੇ ਥਾਂ ਚੰਗਾ ਲੱਗੇ ਤਾਂ ਫਿਰ ਚਲੋ ਵੇਖ ਲਾਂਗੇ ਸਲਾਹ ਕਰਕੇ। ਨਹੀਂ ਠੀਕ, ਥਾਂ ਤਾਂ ਬੜਾ ਵਧੀਆ ਭਾਅ ਜੀ। ਅੱਛਾ। ਨਹੀਂ ਤਾਂ ਆਪਣਾ ਕਰਕੇ ਹੀ ਕਰਵਾਉਣ ਦੇ ਰਿਸ਼ਤਾ ਕ ਤੁਹਾਡੇ ਪਰਿਵਾਰ 'ਚੋਂ ਹੀ ਆ ਮੁੰਡਾ? ਪਰਿਵਾਰ 'ਚੋਂ ਆਪਣੇ। ਹਾਂਜੀ। ਅੱਛਾ ਅੱਛਾ। ਆਹ ਮਗਰ ਹੀ ਘਰ ਇੱਥੇ ਲੱਗ ਗਈ। ਠੀਕ ਆ ਠੀਕ ਆ। ਅਤੇ ਕੀ ਕਾਰੋਬਾਰ ਆ ਉਹਨਾਂ ਦਾ? ਕਾਰੋਬਾਰ ਆਪ ਤਾਂ ਇੱਥੇ ਕੰਮ ਧੰਦਾ ਕਰਦਾ ਵਾ। ਅੱਛਾ। ਅਤੇ ਇਹ ਵੀ ਕਿੱਲੇ ਦੋ ਪੈਲੀ ਦੇ ਹੈਗੇ ਆ। ਅੱਛਾ। ਮੋਟਰ ਮਾਟਰ ਹੈ ਨਹੀਂ ਤਾਂ ਪਾਣੀ ਫਿਰ ਅਸੀਂ ਲਾ ਲੂ ਦਿੰਦੇ ਸੀ ਉੱਥੋਂ ਦਾ। ਅਤੇ ਭਾਅ ਜੀ ਕਿੱਦਾਂ ਫਿਰ, ਮਤਲਬ ਇਹਨੇ ਮੋਟਰ ਮਾਟਰ ਕਿਉਂ ਨਾ ਲਵਾਈ? ਤੁਹਾਡੀ ਤਾਂ ਪੈਲੀ ਜ਼ਿਆਦਾ ਵਾ ਅਤੇ ਤੁਹਾਡੇ ਪਰਿਵਾਰ 'ਚੋਂ ਆ, ਤਾਂ ਫਿਰ ਇਹਦੇ ਕੋਲ ਥੋੜ੍ਹੀ ਕੰਮ ਆ? ਇਸ ਤਰ੍ਹਾਂ ਵੀ ਇਹਦੀ ਮੰਮੀ ਇਹਦੀ ਰਹਿੰਦੀ ਸੀ ਬਿਮਾਰ ਬਮੂਰ ਹੀ। ਅੱਛਾ। ਅਤੇ ਉਹ 'ਚ ਇਹਦੇ ਪੈਸੇ ਪੂਸੇ ਬੜੇ ਲੱਗੇ ਸੀ। ਅੱਛਾ। ਅਤੇ ਉੱਥੇ ਥੋੜ੍ਹੀ ਬਹੁਤੀ ਪੈਲੀ ਦੇ ਲਿਆ ਤਾਂ ਲਾਜ ਲੂਜ ਕਰਾਇਆ, ਪਰ ਨਹੀਂ ਗੱਲ ਬਣੀ। ਅੱਛਾ। ਅਤੇ ਉਹ ਫਿਰ ਪੂਰੇ ਪਾਰੇ ਹੋ ਗਏ ਅਤੇ ਫਿਰ। ਅਤੇ ਡੈਡੀ ਇਹਦਾ? ਉਹ ਭਾਅ ਜੀ ਫਿਰ ਨਾ ਇਹਦੀ ਮਾਂ ਤੋਂ ਬਾਅਦ ਇਹਦੇ ਪਿਓ ਦੀ ਫਿਰ ਡੈਥ ਹੋ ਗਈ। ਅੱਛਾ। ਹਾਂਜੀ। ਇਹ ਤਾਂ ਭਾਅ ਜੀ ਬੜੀ ਮਾੜੀ ਗੱਲ ਹੋਈ ਫਿਰ। ਆ ਫਿਰ ਰੱਬ ਦੀ ਕਰਨੀ ਨਹੀਂ ਕੌਣ ਟਾਲ ਸਕਦਾ ਇਹ ਗਾੜੀ ਫਿਰ। ਚਲੋ ਉਹ ਤਾਂ ਜੋ ਉੱਪਰ ਵਾਲੇ ਨੇ ਕਰਨਾ ਵੀ ਉਹਦੀ ਮਰਜ਼ੀ ਆ, ਇੱਥੇ ਕਿਸੇ ਦਾ ਜ਼ੋਰ ਵੀ ਨਹੀਂ। ਬਿਲਕੁਲ ਜੀ ਬਿਲਕੁਲ। ਅਤੇ ਬਾਕੀ ਭਾਅ ਜੀ ਤੁਸੀਂ ਫਿਰ ਕਹਿਣ ਡਿਓ ਵੀ ਪੈਲੀ ਹੈਗੀ ਆ 2 ਕਿੱਲੇ? ਪੈਲੀ ਭਾਅ ਜੀ ਉਹਦੀ 2 ਕਿੱਲੇ ਹੈਗੀ ਆ, ਅਤੇ ਪਰ ਸਾਡੇ ਵੀ ਨਾ ਜਦੋਂ ਬਾਈਪਾਸ ਇੱਕ ਨਿਕਲਣ ਲੱਗਾ ਵਾ। ਹਾਂਜੀ। ਉਹਦੇ ਸਾਡੇ ਵੀ 3 ਕਿੱਲੇ ਆ ਗਏ ਆ, ਅਤੇ ਇਹਦੇ ਵੀ ਆ ਗਏ 2 ਕਿੱਲੇ ਪੈਲੀ, ਪਰ ਅਸੀਂ ਦੱਸਿਆ ਨੀਗਾ ਇਹਨੂੰ। ਅੱਛਾ ਅੱਛਾ। ਅਤੇ ਆਉਣ ਵਾਲਾ ਜਿਹੜਾ ਸਮਾਂ ਵਾ ਨਾ ਮੁੰਡੇ 'ਤੇ ਵਧੀਆ ਆਏਗਾ ਵਾ। ਅਤੇ ਭਾਅ ਜੀ ਉਹਦਾ ਪੈਸੇ ਪੂਸੇ ਚੰਗੇ ਮਿਲਣਗੇ ਕਿ ਜਾਂ ਐਵੇਂ ਨੁਕਸਾਨ ਹੀ ਹੋਊਗਾ? ਨਹੀਂ ਭਾਅ ਜੀ ਉਸ ਤਰ੍ਹਾਂ ਹੁਣ 40-45 ਲੱਖ ਤਾਂ ਹੁਣ ਮਿਲਣ ਡਿਆ ਵਾ ਕਿੱਲੇ ਦਾ ਜੇ ਰੌਲਾ ਖਫਾ ਪੈਣ ਡਿਆ ਵਾ। ਅੱਛਾ। ਧਰਨੇ ਧੁਨੇ ਲੱਗਣ ਡੇ ਆ ਅਤੇ ਸ਼ਾਇਦ ਮੇਰੇ ਸਾਹ ਕਰੋੜ ਦੇ ਲੱਗ ਛਾ ਕੇ ਗੱਲ ਚੱਲ ਜੇ। ਭਾਅ ਜੀ ਚਲੋ ਕਰੋੜ ਤਾਂ ਬਹੁਤ ਦੂਰ ਆ, ਅਸੀਂ ਤਾਂ ਕਰੋੜ ਸਾਰੀ ਜ਼ਿੰਦਗੀ ਵੇਖਿਆ ਹੀ ਨਹੀਂ। ਹਾਂਜੀ ਹਾਂਜੀ। ਅਤੇ ਉੱਦਾਂ ਇਹ ਆ ਵੀ ਜੇ ਮੈਂ ਸਮਝਣਾ ਵੀ 40-45 ਲੱਖ ਵੀ ਮਿਲ ਜੇ ਨਾ ਕਿੱਲੇ ਦਾ। ਹਾਂਜੀ ਹਾਂਜੀ। ਅਤੇ ਤਾਂ ਵੀ ਚਲੋ ਬੰਦਾ ਰੋਟੀ ਖਾ ਸਕਦਾ, ਆਪਣਾ ਟਾਈਮ ਪਾਸ ਹੋ ਜੂਗਾ। ਨਹੀਂ ਬੜਾ ਵਾਧੂ ਜੀ। ਠੀਕ ਆ ਕਿ ਨਹੀਂ? ਹਾਂਜੀ। ਅਤੇ ਫਿਰ ਤਾਂ ਚਲੋ ਠੀਕ ਵਾ, ਚਲੋ ਇੰਨਾ ਕੁ ਜੇ ਹੈਗਾ ਗੁਜ਼ਾਰਾ ਤਾਂ। ਬਾਕੀ ਇੱਕ ਗੱਲ ਆ ਵੀ ਤੁਸੀਂ ਰਿਸ਼ਤਾ ਕਰੋ, ਕਿਸੇ ਗੱਲ ਦੀ ਕਮੀ ਨਹੀਂ ਮੁੜ ਕੇ ਰਹੇ ਨਹੀਂ। ਅੱਛਾ। ਹਾਂਜੀ ਹਾਂਜੀ, ਇਹ ਗੱਲ ਦਾ ਮੈਨੂੰ ਪਤਾ ਵਾ। ਉੱਦਾਂ ਮੁੰਡਾ ਤੁਹਾਡੀ ਮੰਨਦਾ ਵਾ? ਮੰਨਦਾ ਪੂਰੀ ਆਪਣੀ, ਅਤੇ ਬਾਕੀ ਗੱਲ ਇੱਕ ਸਭ ਤੋਂ ਵੱਡੀ ਤਾਂ ਹੋਰ ਵਾ ਵੀ ਨਸ਼ੇ ਪੱਤੇ ਤੋਂ ਰਹਿਤਾ ਸਾਰਾ। ਵੱਡੀ ਗੱਲ ਤਾਂ ਭਾਅ ਜੀ ਆ ਵਾ। ਹਾਂਜੀ ਹਾਂਜੀ। ਇਹ ਨਾ ਹੋਏ ਵੀ ਕੱਲ੍ਹ ਨੂੰ ਕਿਤੇ ਘਰ 'ਚ ਵੀ ਕਈ ਵਾਰੀ ਗਰੀਬੀ ਹੁੰਦੀ ਆ ਅਤੇ ਉੱਧਰੋਂ ਬੰਦੇ ਨਸ਼ੇ ਲਾ ਲੈਂਦੇ ਆ। ਬਿਲਕੁਲ ਜੀ ਬਿਲਕੁਲ। ਹੈਂ। ਅਤੇ ਨਸ਼ਾ ਤਾਂ ਤੁਹਾਨੂੰ ਪਤਾ ਵੱਡਿਆਂ ਨੂੰ ਸੁੱਟ ਦਿੰਦਾ ਉਲਟਾ ਕੇ। ਸੁੱਟ ਦਿੰਦਾ। ਲੋਕਾਂ ਦੇ 50-50 ਕਿੱਲੇ ਵਿਕ ਜਾਂਦੇ ਨਸ਼ਿਆਂ ਪਿੱਛੇ। ਵਿਕ ਜਾਂਦੇ ਜੀ। ਠੀਕ ਆ ਕਿ ਨਹੀਂ? ਅਤੇ ਜੇ ਧੀ ਪੁੱਤ ਚੰਗਾ ਹੋਏ ਤਾਂ ਚਲੋ ਟਾਈਮ ਪਾਸ ਕਰ ਜਾਂਦੇ। ਜੇ ਭਾਅ ਜੀ ਨਾਲੇ ਇਹਨੇ ਪੈਲੀ ਵੇਚ ਨਹੀਂ ਹੁੰਦੀ, ਇੰਨਾ ਮਾੜਾ ਸਮਾਂ ਇਹ ਤੋਂ ਲੰਘਿਆ ਨੇ ਉਦੋਂ ਵੇਚ ਦੇਣੀ। ਇਹ ਤਾਂ ਗੱਲ ਤਾਂ ਇਹ ਵੀ ਹੱਥਾਂ ਦਾ ਸਚਾਰਾ ਵਾ। ਠੀਕ ਆ ਠੀਕ। ਕੰਮ ਇੱਕ ਦੋ ਜਾਣਦਾ ਵਾ ਅਤੇ ਚਲ ਤੇਰਾ ਸਾਈਦੇ ਤੁਰਿਆ ਫਿਰਦਾ ਵਾ। ਚਲੋ ਇੱਦਾਂ ਵਾ ਵੀ ਝਾਤੀ ਮਰਵਾ ਦਿਓ ਹਾਂ ਇੱਕ ਵਾਰੀ, ਨਾਲੇ ਮਾੜਾ ਜਿਹਾ ਬਹਾਨੇ ਨਾਲ ਘਰੋਂ ਹੋਵਾਂਗੇ। ਹਾਂਜੀ ਹਾਂਜੀ। ਨਾਲੇ ਮੁੰਡਾ ਵੇਖਵਾਂਗੇ। ਹਾਂਜੀ ਹਾਂਜੀ। ਠੀਕ ਆ ਕਿ ਨਹੀਂ? ਬਿਲਕੁਲ ਬਿਲਕੁਲ। ਕੋਈ ਨਹੀਂ ਭਾਅ ਜੀ, ਚਾਹ ਪਾਣੀ ਪੀਓ ਅਤੇ ਮਰਾ ਲੈਣ ਝਾਤੀ ਤੁਹਾਨੂੰ ਉੱਧਰ। ਚਲੋ ਕੋਈ ਨਹੀਂ ਭਾਅ ਜੀ, ਇੱਦਾਂ ਕਰ ਲਈ। ਹਾਂਜੀ ਹਾਂਜੀ ਠੀਕ ਆ। ਪੁੱਤ ਇੱਕ ਤਾਂ ਜੱਗੀ ਪਤਾ ਨਹੀਂ ਕਿੱਥੇ ਦਫਾ ਹੋਇਆ ਵਾ, ਇੰਨਾ ਨਹੀਂ ਪਤਾ ਘਰ ਪ੍ਰਾਹੁਣਾ ਆਇਆ ਵਾ ਤਾਂ ਕੁਛ ਲੈ ਹੀ ਆਉਂਦੇ, ਬਰਫੀ ਬਰਫੀ ਲੈ ਆਉਂਦਾ। ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ, ਡੈਡੀ ਮੇਰੇ ਇੱਦਾਂ ਹੀ ਚਾਹ ਪੀ ਲੈਂਦੇ ਨੇ, ਉਹਨਾਂ ਨੇ ਨਹੀਂ ਇੱਦਾਂ ਦੇ ਹੈਗੇ ਗੁੱਸਾ ਕਰਨ ਵਾਲੇ। ਦੱਸ ਉਹਨਾਂ ਨੇ ਕੀ ਕਹਿਣਾ ਵਾ, ਚੱਲ ਨਮਕੀਨ ਹੀ ਰਾਹ ਲਿਆ ਇਕੱਲਾ। ਹਾਂਜੀ ਹਾਂਜੀ, ਮਿੱਠਾ ਉਹਨਾਂ ਨੂੰ ਘੱਟ ਹੀ ਪਸੰਦ ਆ। ਚੱਲ ਠੀਕ ਹੈ, ਦੇ ਆ ਫਿਰ। ਆ ਲਓ ਚਾਹ ਪੀਓ ਡੈਡੀ ਜੀ। ਆ ਲਓ ਫੜੋ ਭਾਜੀ ਫੜੋ। ਭਾਅ ਜੀ ਨਾਲੇ ਜੱਗੀ ਨਹੀਂ ਮਿਲਿਆ, ਜੱਗੀ ਕਿੱਥੇ ਆ? ਜੱਗੀ ਨਾ ਸ਼ਾਇਦ ਥੋੜ੍ਹਾ ਜਿਹਾ ਕੰਮ ਸੀ ਤਾਂ ਉੱਧਰ ਗਿਆ ਜੀ। ਅੱਛਾ ਅੱਛਾ। ਹਾਂਜੀ ਹਾਂਜੀ। ਅਤੇ ਮੈਂ ਕਿਹਾ ਆਪਾਂ ਚਾਹ ਪਾਣੀ 'ਚ ਪੀ ਲਿਆ ਵਾ। ਹਾਂਜੀ। ਅਤੇ ਚੱਲੀਏ ਭਲਾ ਫਿਰ। ਚਲੋ ਮੈਂ ਨਾ 1 ਮਿੰਟ ਤੁਸੀਂ ਤਾਂ ਬੈਠੋ ਅਤੇ ਮੈਂ ਜੱਗੀ ਦੀ ਮਾਂ ਨੂੰ ਨਾਲ ਲੈ ਲਈਏ ਫਿਰ। ਲੈ ਲਓ। ਹਾਂਜੀ। ਚਲੋ ਵਧੀਆ ਗੱਲ ਆ। ਜੀਵਨ ਸ਼ਰਨ ਦਾ ਡੈਡੀ ਆਇਆ ਸੀ ਉਹਦੇ ਰਿਸ਼ਤੇ ਰੁਸ਼ਤੇ ਵੱਲੋਂ, ਅਤੇ ਚੱਲੀਏ ਫਿਰ ਝਾਤੀ ਮਰਵਾ ਦਈਏ। ਆ 2 ਮਿੰਟ ਨਾਲ ਚੱਲ ਫਿਰ। ਹੈਂ। ਹਾਂਜੀ। ਮੰਮੀ ਮੇਰੀ ਗੱਲ ਸੁਣਿਓ, ਮੇਰੀ ਪਿੰਡ ਵਾਲੀ ਮੰਮੀ ਦਾ ਫੋਨ ਆਇਆ ਸੀ। ਅੱਛਾ। ਉਹ ਕਹਿੰਦੀ ਹੁਣ ਇਹਨੂੰ ਗਲੋਂ ਲਾਉਣਾ,
ਤੇ ਆਪਣੀ ਮੰਮੀ ਨੂੰ ਵੀ ਕਹਿ ਦੇ ਫੋਨ ਕਰਕੇ ਵੀ ਕੋਈ ਟੈਨਸ਼ਨ ਨਾ ਲਿਓ, ਹੁਣ ਰਿਸ਼ਤਾ ਹੋਊਗਾ ਹੀ। ਹਾਂਜੀ, ਹੁਣ ਤੁਸੀਂ ਸਾਰੀ ਗੱਲ ਬਣਾਉਣੀ ਜੀ। ਕੋਈ ਗੱਲ ਨਹੀਂ, ਹਾਂਜੀ ਤੂੰ ਫਿਕਰ ਨਾ ਕਰੀ, ਕੋਈ ਨਹੀਂ ਕਰ ਲੈਂਦੇ। ਠੀਕ, ਕੋਈ ਨਹੀਂ ਮੈਂ ਕਰ ਦਿੰਦੀ ਫੋਨ। ਠੀਕ। ਡੈਡੀ ਆਏ ਨੇ? ਸ਼ਰਨਾ? ਹਾਂਜੀ। ਸ਼ਰਨ ਡੈਡੀ ਆਏ ਬਾਰੇ ਮੋਟਰਸਾਈਕਲ ਲੱਗਾ ਸੀ। ਹਾਂਜੀ ਆਏ ਨੇ। ਤੇ ਕਿੱਥੇ ਨੇ ਦਿਖਣੀ ਡੇ? ਉਹ ਗਏ ਨੇ ਕਿਤੇ, ਇੱਧਰ ਆਓ ਦੱਸ ਨਹੀਂ। ਗਏ ਨੇ ਕਿਤੇ? ਦੱਸ ਤਾਂ ਸਹੀ ਕਿ ਕਿੱਥੇ ਆ? ਜਾਣਾ ਕਿਤੇ ਸੀ, ਮੰਮੀ ਹੁਣਾਂ ਨੇ ਸੱਦਿਆ ਸੀ ਡੈਡੀ ਨੂੰ। ਕਿਉਂ? ਉਹ ਇਸ ਕਰਕੇ, ਪਿੰਦਰ ਭਾਜੀ ਨਹੀਂ ਜਿਹੜੇ ਆਪਣੇ, ਆਹੋ ਉਹਨਾਂ ਵਾਲੇ ਨਵ ਦਾ ਰਿਸ਼ਤਾ ਹੋਣ ਦਿਆ ਜੇ। ਓਹੋ, ਉਹਦਾ ਰਿਸ਼ਤਾ ਹੋਣ ਦਿਆ ਤੇ ਵੱਲ? ਹਾਂਜੀ ਹਾਂਜੀ। ਯਾਰ ਮੇਰੀ ਗੱਲ ਸੁਣ, ਜੇ ਮਾੜਾ ਮੋਟਾ ਸਾਡਾ ਕੌਣ ਬੋਲਣ ਹੈਗਾ ਨਾ ਉਹਨਾਂ ਦੇ ਨਾਲ, ਤੇ ਜੇ ਮਾੜਾ ਨਾ ਇੱਥੇ ਆ ਗਈ, ਜੇ ਕੋਈ ਗੱਲਬਾਤ ਹੋ ਗਈ ਨਾ, ਸਾਰੀ ਜ਼ਿੰਦਗੀ ਜੀ ਕੌਣ ਬੋਲਣ ਹਟ ਜਾਣਾ ਵਾ। ਜਾਓ, ਨਾ ਵੇਖਿਆ ਕਿੰਨੀ ਵਧੀਆ ਵਾ, ਉਹਨੇ ਤੇ ਵਧੀਆ ਰਹਿਣਾ ਇੱਥੇ ਆਣ ਕੇ। ਯਾਰ ਡੈਡੀ ਹੋਣੀ ਵੀ ਨਾ ਮੇਰੇ ਨਾਲ ਕੋਈ ਸਲਾਹ ਨਹੀਂ ਕਰਦੇ, ਆਪਣੀਆਂ ਮਰਜ਼ੀਆਂ ਕਰੀ ਜਾਂਦੇ ਨੇ। ਤੇ ਕਿਉਂ, ਪਿੰਦਰ ਭਾਜੀ ਕਿਹੜਾ ਮਾੜੇ ਨੇ? ਸ਼ਰਨ ਮੇਰੀ ਸੁਣ ਗੱਲ, ਮੈਂ ਕਦੋਂ ਪਿੰਦਰ ਨੂੰ ਮਾੜਾ ਰਿਹਾ ਗਿਆ ਨਾ, ਪਰ ਜਦੋਂ ਇੱਥੇ ਰਿਸ਼ਤਾ ਬਣ ਜੇ ਨਾ, ਤਾਂ ਬੜੀਆਂ ਗੱਲਾਂ ਵੇਖਣੀਆਂ ਪੈਂਦੀਆਂ ਯਾਰ। ਗੱਲਾਂ ਕਾਹਦੀਆਂ ਹੋਣੀਆਂ ਨੇ, ਉਹਨੇ ਆਪਣੇ ਘਰ ਰਹਿਣਾ, ਆਪਾਂ ਆਪਣੇ ਘਰ ਰਹਿਣਾ। ਉਹ ਚੱਲ ਜੋ ਵੀ, ਮੰਮੀ ਡੈਡੀ ਗਏ ਨਾਲ, ਕੁਛ ਸੋਚ ਕੇ ਡੇ ਹੋਣੇ ਨੇ ਕਰਨਾ। ਵਧੀਆ ਹੀ ਹੋਣਦੇ ਆ, ਠੀਕ ਹੈ ਨਾ? ਤੁਸੀਂ ਹੁਣ ਵਿੱਚ ਆਣ ਕੇ ਪਾਣੀ ਨਾ ਮਾਰ ਦਿਓ। ਆਲੇ ਦਿਨ ਮੈਂ ਪੁੱਛਾਂਗਾ ਨਾ, ਪੁੱਛਿਆ ਪੁੱਛਿਆ ਜੇ ਗੱਲ ਬਣਦੀ ਹੈ ਨਾ, ਤੇ ਬਣ ਦਿਓ ਵੀ। ਉਹ ਜਾ ਮੇਰਾ ਸੇਨਾ ਚੱਟ ਜਾ, ਪਾਣੀ ਦਾ ਗਲਾਸ ਲਿਆ। ਪੁੱਛਣਾ ਪੁੱਛਣਾ, ਤੁਸੀਂ ਪਤਾ ਨਹੀਂ ਕਿੱਥੋਂ ਆਣ ਕੇ ਕੰਮ ਖਰਾਬ ਕਰ ਲੂਗੀ। ਬੀਜੀ, ਜੇ ਪੈਲੀ ਦੇ ਪੈਸੇ ਚੰਗੇ ਮਿਲ ਗਏ ਨਾ, ਤੇ ਆਪਾਂ ਘਰ ਬਾਰ ਵਧੀਆ ਬਣਾ ਲਾਂਗੇ। ਉਹ ਤਾਂ ਕਦੇ ਦੇ ਪੈਸੇ ਮਿਲਣੇ, ਮਿਲਦੇ ਤਾਂ ਹੈ ਨਹੀਂ ਗੇ ਪੈਸੇ। ਉਹ ਨਹੀਂ, ਹੁਣ ਆਖਣ ਡਏ ਨੇ ਧਰਨੇ ਧੁਰਨੇ ਲੱਗੇ ਨੇ ਤੇ ਮਿਲ ਜਾਣੇ ਛੇਤੀ। ਚਲੋ ਫਿਰ ਪੈਸੇ ਮਿਲ ਜਾਣ ਤਾਂ ਉਧਰੋਂ ਵਿਆਹ ਹੋ ਜੇ। ਚਲੋ ਕੰਮ ਸਾਰੇ ਚੰਗੇ ਹੋ ਜਾਣ। ਚਲੋ ਜਿੱਦਾਂ ਮਹਾਰਾਜ। ਆ ਜਾਓ ਆ ਜਾਓ ਚਾਚਾ ਜੀ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਹੋਰ ਪੁੱਤ, ਕੀ ਹਾਲ ਆ? ਵਧੀਆ ਵਧੀਆ। ਸਤਿ ਸ਼੍ਰੀ ਅਕਾਲ ਜੀ। ਜਾ ਕੁਰਸੀਆਂ ਫੜ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਵੀ ਜੀ। ਪਾਣੀ ਲੈ ਕੇ ਆਉਣਾ। ਲੈ ਲੈ ਅਮਰ। ਜਿਵੇਂ ਮੈਂ ਪਛਾਣਿਆ ਨਹੀਂ ਵੀ ਕੌਣ ਹੈ ਇਹ। ਤੁਸੀਂ ਨਾ ਬੀਜੀ ਜਰਾ ਕਿੱਧਰ ਆ ਕੇ ਗੱਲ ਸੁਣੋ। ਭਾਜੀ ਘਰ ਬਾਰ ਤੇ ਮੈਂ ਹਾਂ ਪੁਰਾਣਾ ਹੀ ਆ। ਉਹ ਤੁਹਾਨੂੰ ਫਿਰ ਦੱਸੀ ਸੀ ਨਾ ਗੱਲ, ਪਰ ਹੈਗੇ ਲਿੰਟਰ ਵਾਲੇ ਆ, ਬਾਲਿਆਂ ਵਾਲੇ ਨੇਗੇ ਕਮਰੇ। ਅੱਛਾ, ਉਹ ਤੁਹਾਨੂੰ ਕੋਈ ਗੱਲ ਨਹੀਂ ਦੱਸੀ ਵੀ ਮਾਂ ਪਿਓ ਤੇ ਇਸ ਤਰ੍ਹਾਂ ਹੋ ਗਏ ਸੀ? ਹਾਂ ਹਾਂ। ਤੇ ਫਿਰ ਉਦੋਂ ਦਾ ਫਿਰ ਤੁਹਾਨੂੰ ਫਿਰ ਪਤਾ ਹੀ ਘਰਾਂ ਦੇ ਮਸਲਿਆਂ ਦਾ। ਚਲੋ ਜੇ ਕਦੇ ਕੋਈ ਕੰਮ ਚੰਗਾ ਹੋਵੇ ਤੇ ਘਰ ਬਾਰ ਤੇ ਬਣ ਹੀ ਜਾਂਦੇ ਆ, ਕੋਈ ਗੱਲ ਨਹੀਂ। ਨਹੀਂ ਨਹੀਂ ਕੋਈ ਗੱਲ ਹੀ ਨਹੀਂ, ਸਮੇਂ ਬਦਲਦੇ ਰਹਿੰਦੇ ਆ। ਧੀ ਪੁੱਤ ਮਿਹਨਤੀ ਚਾਹੀਦਾ ਵਾ। ਹਾਂਜੀ ਹਾਂਜੀ ਹਾਂਜੀ। ਆਹ ਮੁੰਡਾ ਸੀ? ਹਾਂਜੀ ਹਾਂਜੀ ਇਹੋ ਜੇ ਮੁੰਡਾ ਤਾਂ ਉਦਾਂ ਮੈਨੂੰ ਠੀਕ ਲੱਗਾ ਵਾ। ਹਾਂਜੀ ਹਾਂਜੀ। ਉਦਾਂ ਵੀ ਗੋਰਾ ਚਿੱਟਾ ਵਾ ਤੇ ਨਾਲੇ ਬੰਦਾ ਤਾਂ ਆਉਂਦਾ ਵਾ। ਹੈ ਨਹੀਂ ਕੋਈ ਗੱਲ ਹੀ ਨਹੀਂ ਗੀ, ਬਾਕੀ ਕੰਮ ਧੰਦਾ ਕਰਦਾ ਵਿਚਾਰਾ, ਸਵੇਰੇ ਚੱਲ ਜਾਂਦਾ ਵਾ, ਸ਼ਾਮਾਂ ਨੂੰ ਮੁੜ ਕੇ ਆਉਂਦਾ ਵਾ। ਚਲੋ ਹੈ ਤੇ ਮਿਹਨਤੀ ਆ ਫਿਰ। ਹਾਂਜੀ ਹਾਂਜੀ ਬੜੀਆ, ਨਾਲੇ ਬੀਜੀ ਵੀ ਥੋੜੇ ਠੀਕ ਠਾਕ ਨਹੀਂ ਕਿ ਰਹਿੰਦੇ? ਦੋਵੇਂ ਰਹਿੰਦੇ ਦਾਦੀ ਪੁੱਤ? ਹਾਂ ਦਾਦੀ ਪੁੱਤ ਦੋਵੇਂ ਰਹਿੰਦੇ ਆ। ਘਰ ਬਾਰ ਤੇ ਪੁਰਾਣਾ ਹੀ ਆ ਤੇ, ਪਰ ਉਦਾਂ ਇਹ ਆ ਵੀ ਕੁੜੀ ਦੇ ਮੁਕਾਬਲੇ ਮੁੰਡਾ ਉਦਾਂ, ਚਲੋ ਇਹ ਆ ਵੀ ਮੂੰਹ ਮੱਥੇ ਲੱਗਦਾ ਵਾ। ਬਾਕੀ ਹੁਣ ਇਹ ਨਹੀਂ ਪਤਾ ਵੀ ਪੜਿਆ ਪੁੜਿਆ ਵੀ ਹੋਏਗਾ ਨਾ ਥੋੜ੍ਹਾ ਬਹੁਤਾ। ਚਲੋ ਕੁੜੀ ਵਿਚਾਰੀ ਸਾਡੀ ਬਥੇਰਾ ਪੜ੍ਹੀ ਆ, ਹੱਥਾਂ ਦੀ ਵੀ ਸੱਚਿਆਰੀ ਆ, ਤੇ ਚਲੋ ਪੁੱਛ ਲੈਂਦੇ ਭਾਜੀ ਨੂੰ। ਭਾਜੀ ਫਿਰ ਮੁੰਡਾ ਥੋੜ੍ਹਾ ਬਹੁਤਾ ਪੜਿਆ ਵੀ ਆ? ਪੜਿਆ 10 ਜਮਾਤਾਂ ਹੀ ਆ। ਅੱਛਾ, ਤੇ ਗਾਂ ਨਹੀਂ ਫਿਰ ਪਿਆ? ਗਾਂ ਫਿਰ ਤੁਹਾਨੂੰ ਪਤਾ ਤਾਂ ਪਰਿਵਾਰ ਹੀ ਚਾਰੇ ਦਾ ਮੁੱਕ ਗਿਆ, ਤੇ ਕਿੰਨੇ ਪੈਸੇ ਦੇਣੇ ਤੇ ਕਿਹਦੀਆਂ ਗੱਲਾਂ ਸੀ ਮੁੜ ਕੇ। ਇਹ ਗੱਲ ਭਾਜੀ ਤੁਹਾਡੀ ਠੀਕ ਆ। ਹਾਂਜੀ ਹਾਂਜੀ, ਪੜ੍ਹਾਈਆਂ ਵੀ ਕਿੱਥੇ ਹੁੰਦੀਆਂ ਜੇ ਮਾਂ ਪਿਓ ਸਿਰ ਤੇ ਹੋਏ, ਫੇਰ ਹੀ ਗੱਲ ਬਣਦੀ। ਬਿਲਕੁਲ ਜੀ ਬਿਲਕੁਲ, ਤੁਹਾਨੂੰ ਪਤਾ ਕਿੰਨਾ ਖਰਚਾ ਵਾ। ਬੜਾ ਔਖਾ ਕੰਮ ਆ। ਇਹ ਆ ਵੀ ਚਲੋ ਯਾਰ ਆਪਣਾ ਕੰਮ ਲੈ ਕੇ ਤੁਰਿਆ ਵਾ। ਚਲੋ ਮੈਂ ਤਾਂ ਨਾ ਫਿਰ ਵੀ ਚੰਗੇ ਵਿਚਾਰੇ ਦਾਦੀ ਪੁੱਤ ਆਪਣਾ ਮਾੜਾ ਮੋਟਾ ਕੰਮ ਚਲਾਉਣ ਡਏ। ਨਹੀਂ ਬੜਾ ਵਧੀਆ ਬੜਾ ਵਧੀਆ, ਅਸੀਂ ਵੀ ਬੜੇ ਖੁਸ਼ ਮੇਰੇ ਕੰਮ ਤੋਂ ਵੀ ਨਹੀਂ ਮਾੜੀ ਸੰਗਤ ਕੀਤੀ। ਹਾਂਜੀ, ਮਾੜਾ ਮੋਟਾ ਆਪਣਾ ਬਚਾ ਕੇ ਤੁਰਿਆ ਵਾ। ਆਪ ਚਲੋ ਆਪਣਾ ਲਈ ਫਿਰਦਾ ਥੋੜ੍ਹ ਬਹੁਤ। ਹਾਂਜੀ ਹਾਂਜੀ ਵਧੀਆ। ਚਲੋ ਬੜੇ ਕੌਣ ਵਾ ਜੀਵਨ? ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਪਿੰਦਰ ਦਾ ਰਿਸ਼ਤਾ ਕਰਾਉਣਾ ਮੈਂ। ਇਹ ਨਾ ਸ਼ਰਨ ਦੇ ਡੈਡੀ ਆ, ਤੇ ਉਹਦੀ ਸ਼ਰਨ ਦੀ ਭੈਣ ਹੈਗੀ ਆ ਨਾ,
ਬਸ ਉਹਦਾ ਰਿਸ਼ਤਾ ਕਰਾਉਣ ਡਏ ਆ। ਤੁਸੀਂ ਗਰੀਬ ਹੋ, ਉਹਨਾਂ ਨਾਲ ਗੱਲ-ਗੁਲ ਕਰ ਲਈ ਆ? ਲੈ ਦੱਸ, ਆਪਾਂ ਕਾਹਦੇ ਵਾਸਤੇ ਆ ਵਿੱਚ? ਗਰੀਬ ਤੁਸੀਂ ਕਾਹਦੇ ਜੇ? ਖਾਨਦਾਨੀ ਤਾਂ ਚੰਗੀ ਭਲੀ ਆ ਨਾ। ਵੇਖ ਲਾ, ਝੂਠ ਨਾ ਕੋਈ ਕਿਸੇ ਗੱਲ ਦਾ ਨਿਕਲੇ, ਫਿਰ ਕੱਲ ਨੂੰ ਸਾਨੂੰ ਨਾ ਕਵੀ ਪਿਆ ਇੱਦਾਂ ਤੇ ਆਜਦਾ। ਚੰਗਾ ਬੀਜੀ, ਅਸੀਂ ਵਿੱਚ ਵਾ, ਤੁਸੀਂ ਕਾਹਨੂੰ ਫਿਕਰ ਕਰਦੇ ਜੇ? ਤੁਸੀਂ ਸਾਰੀ ਗੱਲ ਹੱਟ ਤੇ ਛੱਡ ਦਿਓ, ਆਓ ਬਈਏ ਜਾ ਕੇ। ਪਿੰਦਰ, ਪਰਾਹੁਣੇ ਵਾਸਤੇ ਚਾਹ ਬਣਾ ਘੱਟ। ਨਹੀਂ ਨਹੀਂ ਮਾਤਾ ਜੀ, ਚਾਹ ਨਹੀਂ ਅਸੀਂ ਪੀਣੀ, ਪਾਣੀ ਤਾਂ ਨਹੀਂ ਪੀ ਲਿਆ ਵਾ। ਤੇ ਚਾਹ ਉਦਾਂ ਨਹੀਂ ਜਾਣਾ, ਸੁੱਚੇ ਮੂੰਹ ਜਾਣਾ। ਕੋਈ ਨਹੀਂ, ਚਾਹ ਫੇਰ ਪੀ ਲਾਂਗੇ ਮਾਤਾ ਜੀ। ਤੇ ਭਾਜੀ ਚੱਲੀਏ ਫਿਰ ਆਪਾਂ? ਚਲੋ ਚਲੋ ਫਿਰ, ਚਲੋ ਚਲੋ ਜੀ। ਚੰਗਾ ਮਾਤਾ ਜੀ। ਚੰਗਾ ਬੀਜੀ। ਚਲੋ ਠੀਕ ਆ ਬੀਜੀ ਫਿਰ। ਚੰਗਾ ਬੀਜੀ ਵਾਨਾ। ਠੀਕ ਹੈ ਬੀਜੀ। ਇਹ ਤਾਂ ਸ਼ਰਨ ਭਾਬੀ ਦਾ ਡੈਡੀ ਏ, ਤੇ ਹੱਡੇ ਵੱਲ ਕੀ ਕਰਨ ਆਏ ਨੇ? ਜੇ ਪੁੱਤ ਕਰਨ ਕੇ ਆਏ, ਦੂਜੀ ਕੁੜੀ ਦਾ ਰਿਸ਼ਤਾ ਤੇਰੇ ਵਾਸਤੇ ਲੈ ਕੇ ਆਏ ਆ। ਅੱਛਾ ਬੀਜੀ, ਭਾਬੀ ਨੇ ਦੋ ਭੈਣਾਂ ਨੇ? ਹਾਂ ਦੋ ਭੈਣਾਂ। ਪਰ ਇਹ ਤੇ ਤਗੜੇ ਬੜੇ ਨੇ। ਕੋਈ ਨਹੀਂ, ਇਹ ਨਾ ਤੂੰ ਫਿਕਰ ਕਰ, ਜੀਵਨ ਮੈਂ ਨਾ ਉਹਨਾਂ ਦੀ ਰਿਸ਼ਤੇਦਾਰੀ ਆ ਵਿੱਚੇ, ਤੇ ਉਹ ਆਉਂਦੀ ਵੀ ਮੈਂ, ਤੁਸੀਂ ਕਿਸੇ ਗੱਲ ਦਾ ਨਾ ਫਿਕਰ ਕਰੋ, ਮੈਂ ਸਭ ਕੁਝ ਕਰ ਲਾਂਗੀ। ਅੱਛਾ ਬੀਜੀ। ਬੀਜੀ, ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਤੁਸੀਂ ਨਾ ਚਾਚੀ ਨਾਲ ਗੱਲ ਕਰ ਲੈਣੀ ਸੀ ਸਾਰੀ, ਮੁੜ ਕੇ ਕੁੜੀ ਆਣ ਕੇ ਇੱਥੇ ਤੰਗ ਨਾ ਹੋਵੇ। ਚਾਚੀ ਨਾਲ ਮੈਂ ਸਾਰੀ ਗੱਲ ਕੀਤੀ, ਉਹ ਘਰ ਵੇਖ ਗਿਆ, ਤੈਨੂੰ ਵੇਖ ਗਿਆ, ਹੋਰ ਉਹਨਾਂ ਨੇ ਕੀ ਹੁਣ ਕਰਨਾ।